ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ حاضر ਹਾਂ ਇਸ ਪ੍ਰੋਗਰਾਮ ਦੇ ਤਹਿਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਕੁਝ ਐ ਖਬਰਾਂ ਦੇ ਵੱਲ ਪੰਛੀ ਝਾਤ ਪਾਉਨੇ ਆ ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ ਪੌਣੇ 2 ਮਹੀਨੇ ਹੋ ਚੁੱਕੇ ਆ ਪੰਜਾਬ ਦੇ ਕਿਸਾਨਾਂ ਵੱਲੋਂ ਤੇ ਖੇਤ ਮਜ਼ਦੂਰਾਂ ਦੇ ਵੱਲੋਂ ਮਿਲ ਕੇ ਲਗਾਤਾਰ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਅੱਗੇ ਤੋਂ ਅੱਗੇ ਵਧਾਇਆ ਜਾ ਰਿਹਾ ਹੈ ਹੁਣ ਆਪਾਂ ਇਹ ਵੀ ਜਾਣਦੇ ਹਾਂ ਕਿ 26 ਤੇ 27 ਤਰੀਕ ਨੂੰ ਪੂਰੇ ਭਾਰਤ ਰੀਆ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਵਿੱਚ ਇਕੱਠੇ ਹੋਣ ਦਾ ਐਲਾਨ ਕੀਤਾ ਇਹ ਇੱਕ ਵੱਖਰੀ ਗੱਲ ਆ ਕਿ ਕੇਂਦਰ ਸਰਕਾਰ ਦੇ ਸਿਰ ਦੇ ਉੱਤੇ ਜੂਨ ਨਹੀਂ ਸਰਕਦੀ ਉਹਨਾਂ ਦੇ ਵੱਲੋਂ ਲਗਾਤਾਰ ਇਸ ਗੱਲ ਨੂੰ ਅਨਡਰਟ ਕੀਤਾ ਜਾ ਰਿਹਾ ਤੇ ਜ਼ਿੱਦਵਾਜ਼ੀ ਕੀਤੀ ਜਾ ਰਹੀ ਹੈ ਕਿ ਸਾਡੀ ਗੱਲ ਮੰਨ ਲਓ ਤੇ ਤੁਹਾਡੀ ਗੱਲ ਦੇ ਵਿੱਚ ਤਾਂ ਕੋਈ दम ਹੈ ਨਹੀਂਗਾ ਬਾਕੀ ਵਕਤ ਦੱਸੂ ਕਿ ਕਿਸਾਨ ਅੰਦੋਲਨ ਕਿਹੜੇ ਪਾਸੇ ਨੂੰ ਮੋੜ ਕੱਟਦਾ ਉਹਦਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਦਿੱਲੀ ਨੇ ਕਦੇ ਵੀ ਪੰਜਾਬ ਨਾਲ ਵਫਾ ਨਹੀਂ ਕੀਤੀ ਭਾਵੇਂ ਤੁਸੀਂ ਵਰਤਮਾਨ ਦੀ ਗੱਲ ਕਰ ਲਓ ਜਾਂ ਤੁਸੀਂ ਅਤੀਤ ਦੀ ਗੱਲ ਕਰ ਲਓ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਹੜੀ ਐਸੀ ਸਰਕਾਰ ਆ ਜਿਨੇ ਪੰਜਾਬ ਦੇ ਬਾਰੇ ਸੋਚਿਆ ਤੇ 1966 ਦੇ ਵਿੱਚ ਜਦੋਂ ਪੰਜਾਬ ਨੂੰ ਹੋਰ ਦੋ ਹਿੱਸਿਆਂ ਦੇ ਵਿੱਚ ਯਾਨੀ ਕਿ ਇੱਕ ਵਿੱਚੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੱਖਰਾ ਕਰਤਾ ਉਸ ਤੋਂ ਬਾਅਦ ਵੀ ਕਦੇ ਅਜੇ ਤੱਕ ਪੰਜਾਬ ਦੇ ਮੁਤਲਕ ਸੋਚਿਆ ਨਹੀਂ ਗਿਆ ਪੰਜਾਬ ਨੂੰ ਇੱਕ ਨਿੱਕੀ ਜੀ ਸੂਬੇ ਬਣਾ ਕੇ ਰੱਖ ਦਿੱਤਾ ਗਿਆ ਪਰ ਇਸੇ ਦਰਮਿਆਨ ਜਦੋਂ ਇਸ ਵਕਤ ਕਿਸਾਨ ਅੰਦੋਲਨ ਅੱਗੇ ਤੋਂ ਅੱਗੇ ਵਧ ਰਿਹਾ ਤਾਂ ਪੰਜਾਬ ਦੇ ਕਲਾਕਾਰ ਭਾਈਚਾਰੇ ਦੇ ਵੱਲੋਂ ਵੀ ਨਿੱਠ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਪਰ ਹੁਣ ਕਲਾਕਾਰਾਂ ਦੇ ਵਿੱਚ ਵੀ ਵੰਡੀਆਂ ਪੈਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਜਦੋਂ ਅਸੀਂ ਮੋਢ ਦੇ ਵਿੱਚ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਕਲਾਕਾਰਾਂ ਦਾ ਜਲੌਅ ਦੇਖਿਆ ਉਦੋਂ ਬਹੁਤ ਸਾਰੇ ਕਲਾਕਾਰ ਆ ਜਿਨ੍ਹਾਂ ਦੇ ਨਾਂ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਿਣੇ ਨਹੀਂ ਜਾ ਸਕਦੇ ਪਰ ਹੁਣ ਕੁਝ ਇੱਕ ਕਲਾਕਾਰ ਇਕੜ-ਦੁਕੜ ਕਲਾਕਾਰ ਆ ਜਿਹੜੇ ਉਹ ਇਹਨਾਂ ਧਰਨਿਆਂ ਦੇ ਵਿੱਚ ਪਹੁੰਚਦੇ ਆ ਕਿਸਾਨ ਵੀ ਘਟ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਕਿਉਂਕਿ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਬਿਜਾਈ ਨਾਲ ਸਬੰਧਤ ਵੜਾਈ ਨਾਲ ਸਬੰਧਤ ਕਈ ਤਰ੍ਹਾਂ ਦੇ ਉਰਜੇਵੇਂ ਆ ਪਰ ਪਿਛਲੇ ਦਿਨੀ ਇਹ ਵੀ ਖਬਰਾਂ ਆਈਆਂ ਰਵਨੀਤ ਸਿੰਘ ਬਿੱਟੂ ਦੇ ਹਵਾਲੇ ਨਾਲ ਕਿ ਜਿਹੜੇ ਬੰਦੇ ਨੇ ਸਨੀ ਦਿਉਲ ਦੇ ਪ੍ਰਚਾਰ ਦੇ ਵਿੱਚ ਦਿਨ ਰਾਤ ਇੱਕ ਕੀਤਾ ਅੱਜ ਕੱਲੋ ਸ਼ੰਭੂ ਮੋਰਚੇ ਦੇ ਉੱਤੇ ਬੈਠਾ ਰਵਨੀਤ ਬਿੱਟੂ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਸੀ ਵੀ ਉੱਥੇ ਖਾਲਿਸਤਾਨ ਪੱਖੀ ਨਾਰੇ ਲੱਗਦੇ ਆ ਤੇ ਇਹ ਕੋਈ ਕਿਸਾਨਾਂ ਦਾ ਧਰਨਾ ਨਹੀਂ ਹੈ ਇਹ ਤਾਂ ਹੋਰ ਸੋਚ ਵਾਲੇ ਲੋਕਾਂ ਦਾ ਧਰਨਾ ਉਹਨਾਂ ਦਾ ਸਿੱਧਾ ਇਸ਼ਾਰਾ ਸੀਗਾ ਦੀਪ ਸਿੱਧੂ ਦੇ ਵੱਲ ਤੇ ਦੀਪ ਸਿੱਧੂ ਸ਼ੰਭੂ ਵਾਲੇ ਮੋਰਚੇ ਦੇ ਉੱਤੇ ਬੈਠਾ ਪਰ ਇਹ ਇੱਕ ਵੱਖਰੀ ਗੱਲ ਹੈ ਕਿ ਉਹ ਸਨੀ ਦਿਉਲ ਦੇ ਪਰਿਵਾਰ ਦੇ ਵੀ ਖਾਸਾ ਨੇੜੇ ਆ ਤੇ ਲੋਕਾਂ ਦੇ ਇੱਕ ਹਿੱਸੇ ਦਾ ਬੇਹਦ ਗੁੱਸਾ ਕਿ ਸੰਨੀ देओल ਨੂੰ ਜੇਕਰ ਅਸੀਂ ਪੰਜਾਬ ਦਾ ਪੁੱਤ ਕਹਿੰਨੇ ਆ ਤਾਂ ਉਹ ਗੁਰਦਾਸਪੁਰ ਦੇ ਲੋਕਾਂ ਦੇ ਆ ਕੇ ਇੱਕ ਵਾਰ ਮੱਥੇ ਤਾਂ ਲਗਦਾ ਉਹਨੇ ਪੰਜਾਬੀ ਹੋਣ ਦਾ ਫਰਜ਼ ਕਿਉਂ ਨਹੀਂ ਨਿਭਾਇਆ ਉਹਨੂੰ ਕੁਰਸੀ ਕਿਉਂ ਇੰਨੀ ਪਿਆਰੀ ਜਾਪੀ ਹੈ ਉਹਨੇ ਖੇਤੀ ਕਾਨੂੰਨਾਂ ਦੇ ਖਿਲਾਫ ਤੇ ਕਿਉਂ ਨਹੀਂ ਕੀਤੀ ਪਰ ਹੁਣ ਜਾਣਕਾਰੀ ਇਹ ਵੀ ਮਿਲੀ ਆ ਕਿ ਦੀਪ ਸਿੱਧੂ ਆ ਜਿਹੜਾ ਉਹ ਕਹਿੰਦਾ ਜੀ ਕਿ ਆਪਾਂ ਨੂੰ ਅਗਲੀ ਰਣਨੀਤੀ ਉਹ ਲਿਖਣੀ ਚਾਹੀਦੀ ਹੈ ਪਿਛਲੇ ਨਹੀਂ ਜਸ ਬਾਜਵਾ ਦੇ ਵੱਲੋਂ ਸਮਰਾਲਾ ਦੇ ਵਿੱਚ ਕਿਸਾਨ ਧਰਨੇ 'ਚ ਹਿੱਸਾ ਲਿਆ ਗਿਆ ਉਹਨੇ ਵੀ ਇਹ ਗੱਲ ਕਹੀ ਹੈ ਜੀ ਕਿ ਅਸੀਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਇੱਕ ਪਾਸੇ ਰੱਖ ਕੇ ਜਿੰਨਾ ਵੀ ਆਪਣੇ ਵੱਲੋਂ ਕਲਾਕਾਰ ਹੋਣ ਦੇ ਨਾਤੇ ਧੱਕਾ ਲਾ ਸਕਦੇ ਇਸ ਅੰਦੋਲਨ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਸ਼ੁਰੂਆਤ ਦੇ ਵਿੱਚ ਦੀਪ ਸਿੱਧੂ ਜਸ ਬਾਜਵਾ ਤੇ ਕਈ ਹੋਰ ਜਿਹੜੇ ਕਲਾਕਾਰ ਆ ਜਦੋਂ ਸ਼ੰਭੂ ਵਾਲੇ ਬਾਰਡਰ ਦੇ ਉੱਤੇ ਇਕੱਠੇ ਹੋਣ ਦੀ ਗੱਲ ਚੱਲੀ ਸੀ ਪਰ ਬਾਅਦ ਦੇ ਵਿੱਚ ਪਾਟੋ ਧਾੜ ਦੀਆਂ ਖਬਰਾਂ ਆਉਣ ਲੱਗ ਪਈਆਂ ਇਸ ਵਕਤ ਜਸ ਬਾਜਵਾ ਤੇ ਕਈ ਕਲਾਕਾਰ ਨੇ ਜਿਹੜੇ ਉਹ ਇੱਕ ਪਾਸੇ ਨੇ ਤੇ ਦੀਪ ਸਿੱਧੂ ਆ ਜਿਹੜੇ ਉਹ ਇੱਕ ਪਾਸੇ ਆ ਕੋਈਕ ਸਮਾਂ ਪਹਿਲਾਂ ਦੀਪ ਸਿੱਧੂ ਨੇ ਇਹ ਵੀ ਗੱਲ ਕਹੀ ਸੀ ਕਿ ਕਲਾਕਾਰਾਂ ਨੇ ਮੇਰਾ ਬਾਈਕਾਟ ਕੀਤਾ ਪਰ ਅਸਲੀਅਤ ਇਹ ਹੈ ਵੀ ਜਿਵੇਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ 3 ਦਰਜਨ ਦੇ ਕਰੀਬ ਹੋਈਆਂ ਪਈਆਂ ਉਸੇ ਤਰੀਕੇ ਦੇ ਨਾਲ ਕਲਾਕਾਰ ਪਾਈਚਾਰੇ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਸੋਚਾਂ ਘੁੰਮਦੀਆਂ ਤੇ ਉਹਨਾਂ ਦੇ ਵੱਲੋਂ ਇਕਜੁੱਟ ਹੋ ਕੇ ਲੰਮੇ ਸਮੇਂ ਦੇ ਲਈ ਟੱਕਰਾ ਕਿਸੇ ਵੀ ਮਸਲੇ ਦਾ ਨਹੀਂ ਕੀਤਾ ਜਾਂਦਾ ਹੁਣ ਦੀਪ ਸਿੱਧੂ ਆਪਣੀ ਥਾਂ ਦੇ ਉੱਤੇ ਕਿੰਨਾ ਕੁ ਸਹੀ ਹੈ ਇਹਦੇ ਬਾਬਤ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜਸ ਬਾਜਵਾ ਖੋਰੀ ਕਮਰ ਗਰੀਵਾਲ ਖੁਰੀ ਤੇ ਕਈ ਹੋਰ ਕਲਾਕਾਰ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਆ ਜਿਹੜੇ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਉਹ ਲਗਾਤਾਰ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਆ ਇਹ ਵਕਤ ਨੇ ਬਿਆਨ ਕਰਨਾ ਕਿ ਕੀਤਾ ਜਾ ਰਿਹਾ ਇਹ ਸੰਘਰਸ਼ ਆਉਂਦੇ ਸਮੇਂ ਦੇ ਵਿੱਚ ਕਿਹੜਾ ਮੋੜ ਘਟਦਾ ਹੈ ਇਹ ਜਿਹੜਾ ਵਰਤਮਾਨ ਸਾਲ ਆ ਯਾਨੀ ਕਿ 2020 ਦਾ ਇਹਦੇ ਵਿੱਚ ਬਹੁਤ ਸਾਰੇ ਮਸ਼ਹੂਰ ਕਲਾਕਾਰ ਸਾਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਗਏ ਕਿਸੇ ਇੱਕ ਦਾ ਨਾਂ ਕੀ ਲੈਣਾ ਹੁਣ ਤੱਕ ਦਰਜਨਾ ਫਨਕਾਰ ਆ ਜਿਹੜੇ ਉਹ ਇਸ ਦੁਨੀਆ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਗਏ ਪਿਛਲੇ ਦਿਨੀ ਫਰਾਜ਼ ਖਾਨ ਨਾਂ ਦੇ ਇੱਕ ਕਲਾਕਾਰ ਦੀ ਵੀ ਮੌਤ ਹੋਈ ਆ ਉਹਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਸੀ ਲਗਭਗ 46 ਸਾਲ ਦੀ ਉਹਦੀ ਉਮਰ ਸੀ ਸ਼ਾਇਦ ਤੁਹਾਨੂੰ ਇਹਦਾ ਚੇਤੇ ਨਾ ਆਵੇ ਕਿ ਫਰਾਜ਼ ਖਾਨ ਕੌਣ ਹੋਇਆ ਜਿਨੇ ਜਿਨੇ ਵੀ ਰਾਣੀ ਮੁਖਰਜੀ ਦੀ ਫਿਲਮ ਮਹਿੰਦੀ ਵੇਖੀ ਹੈ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਕਿ ਫਰਾਜ਼ ਖਾਨ ਨਾਂ ਦਾ ਵੀ ਇੱਕ ਕਲਾਕਾਰ ਹੁੰਦਾ ਸੀ ਕਿਉਂਕਿ ਇਸ ਮਹਿੰਦੀ ਫਿਲਮ ਦੇ ਵਿੱਚ ਰਾਣੀ ਮੁਖਰਜੀ ਦੇ ਪਤੀ ਦੀ ਭੂਮਿਕਾ ਫਰਾਜ਼ ਖਾਨ ਦੇ ਵੱਲੋਂ ਨਿਭਾਈ ਗਈ ਸੀ ਕੁਝ ਸਮੇਂ ਤੋਂ ਉਹ ਬਿਮਾਰ ਸੀ ਬੰਗਲੌਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀ 25 ਲੱਖ ਰੁਪਏ ਦੀ ਜ਼ਰੂਰਤ ਸੀ ਉਹਦੇ ਇਲਾਜ ਦੇ ਲਈ ਉਹਦੇ ਵੱਡੇ ਭਰਾ ਦੇ ਵੱਲੋਂ ਯਾਨੀ ਕਿ ਫਰਾਜ਼ ਦੇ ਵੱਡੇ ਭਰਾ ਦੇ ਵੱਲੋਂ ਇਸ ਪੈਸੇ ਨੂੰ ਇਕੱਠਾ ਕਰਨ ਦੇ ਲਈ ਇੱਕ ਮੁਹਿੰਮ ਚਲਾਉਣ ਦੀ ਗੱਲ ਵੀ ਕੀਤੀ ਸੀ ਜਿਹਨੂੰ ਅਸੀਂ ਫੰਡ ਰੇਜ਼ਿੰਗ ਕਹਿੰਦੇ ਆ ਪਰ ਉਦੋਂ ਤੱਕ ਫਰਾਜ਼ ਖਾਨ ਦੀ ਮੌਤ ਦੀ ਖਬਰ ਆ ਗਈ ਤੇ ਪੂਜਾ ਭਟ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਫਰਾਜ਼ ਖਾਨ ਇਸ ਦੁਨੀਆ ਦੇ ਉੱਤੇ ਨਹੀਂ ਦੁੱਖ ਹੋਇਆ ਇਹ ਜਾਣ ਕੇ ਕਿਉਂਕਿ ਗੱਲ ਇਕੱਲੇ ਫਰਾਜ਼ ਖਾਨ ਦੀ ਨਹੀਂ ਗੱਲ ਕਿਸੇ ਗਲੀ ਗੁਆਂਢ ਦੇ ਵਿੱਚ ਵੀ ਕਿਸੇ ਸੱਜਣ ਦੀ ਮੌਤ ਹੋ ਜਾਵੇ ਕਿਸੇ ਅਣਜਾਣ ਵਿਅਕਤੀ ਦੀ ਵੀ ਮੌਤ ਹੋਵੇ ਸਾਡੇ ਅੰਦਰੋਂ ਇੱਕ ਕਾਲਜੇ ਦਾ ਰੁਗ ਜ਼ਰੂਰ ਭਰਿਆ ਜਾਂਦਾ ਕਿ ਕੁਦਰਤ ਨੇ ਆਹ ਕੀ ਕਹਿਰ ਕਮਾਇਆ ਹਰ ਬੰਦੇ ਦੀ ਆਪਣੇ ਪਰਿਵਾਰ ਦੇ ਲਈ ਆਪਣੇ ਦਾਰੇ ਲਈ ਆਪਣੇ ਸੱਜਣ ਸੁਹਿਲੜਾਂ ਦੇ ਲਈ ਵਿਸ਼ੇਸ਼ ਅਹਿਮੀਅਤ ਹੁੰਦੀ ਹੈ ਸੋ ਫਰਾਜ਼ ਖਾਨ ਦੇ ਜਾਣ ਦੇ ਉੱਤੇ ਦੁੱਖ ਹੈ ਫਰਾਜ਼ ਖਾਨ ਇੱਕਦਮ ਫਿਲਮੀ ਖੇਤਰ ਦੇ ਵਿੱਚ ਉਭਰਿਆ ਸੀ ਪਰ ਬਾਅਦ ਦੇ ਵਿੱਚ ਸਿਹਤ ਕਾਰਨਾਂ ਦੇ ਕਰਕੇ ਬਿਲਕੁਲ ਉਹ ਢੈਂਦੀ ਕਲਾ ਦੇ ਵੱਲ ਚਲਾ ਗਿਆ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਲੋਕਾਂ ਨੂੰ ਤਾਰ ਦਿੱਤਾ ਤੇ ਕਈ ਲੋਕਾਂ ਨੂੰ ਡੋਬ ਵੀ ਦਿੱਤਾ ਜਿਹੜੇ ਲੋਕ ਸੱਚੀ ਸੁੱਚੀ ਸੋਚ ਦੇ ਨਾਲ ਅੱਗੇ ਵਧਣਾ ਚਾਹੁੰਦੇ ਆ ਸੋਸ਼ਲ ਮੀਡੀਆ ਉਹਨਾਂ ਨੂੰ ਇਹੋ ਜਿਹਾ ਮੰਚ ਪ੍ਰਦਾਨ ਕਰਦਾ ਕਿ ਉਹ ਆਪਣੀ ਗੱਲ ਦੁਨੀਆ ਦੇ ਵਿੱਚ ਰੱਖ ਸਕਦੇ ਆ ਪਰ ਕਈ ਲੋਕਾਂ ਦਾ ਕੰਮ ਹੈ ਸਿਰਫ ਗਾਲਾਂ ਕੱਢਣਾ ਸਿਰਫ ਟੁੰਡੀ ਵਧਣਾ ਸਿਰਫ ਇਲਤਾਂ ਕਰਨਾ ਸਿਰਫ ਤੇ ਸਿਰਫ ਭੱਦਗਾਂ ਟਿੱਪਣੀਆਂ ਕਰਨਾ ਉਹਨਾਂ ਲੋਕਾਂ ਨੂੰ ਵੀ ਅਕਲ ਦਾ ಪಾਠ ਪੜਨ ਦੀ ਲੋੜ ਆ ਵੈਸੇ ਕੋਈ ਕਿਸੇ ਦੇ ਕਹੇ ਹਟਦਾ ਨਹੀਂ ਹੁੰਦਾ ਪਰ ਸਾਡਾ ਨੈਤਿਕ ਤੌਰ ਦੇ ਉੱਤੇ ਫਰਜ਼ ਜ਼ਰੂਰ ਚਾਹੀਦਾ ਹੈ ਕਿ ਅਸੀਂ ਕਿਸੇ ਨਾਲ ਅਸਹਿਮਤ ਹੋ ਸਕਦੇ ਆ ਪਰ ਜੇਕਰ ਨਕਲੀ ਆਈਡੀ ਬਣਾ ਕੇ ਤੇ ਅਸੀਂ ਗਾਲਾਂ ਕੱਢੀ ਜਾਈਏ ਤੇ ਇਹਦੇ ਨਾਲ ਫਰਕ ਉਹਨੂੰ ਵੀ ਕੋਈ ਨਹੀਂ ਪੈਂਦਾ ਜਿਹਨੂੰ ਕੱਢਦੇ ਆ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰ ਰਿਹਾ ਤੇ ਜੋ ਮੈਂ ਕਰ ਰਿਹਾ ਉਹ ਸਹੀ ਹੈ ਕਿ ਗਲਤ ਪਰ ਕਈ ਲੋਕ ਜਿਹੜੇ ਆ ਸੋਸ਼ਲ ਮੀਡੀਆ ਦੀ ਵਰਤੋਂ ਬੜੇ ਸੁਲੱਖਣੇ ਤਰੀਕੇ ਨਾਲ ਕਰਦੇ ਆ ਪਿਛਲੇ ਦਿਨੀ ਇੰਸਟਾਗ੍ਰam ਦੇ ਉੱਤੇ ਦਿਲਜੀਤ ਦੋਸਾਂਝ ਨੇ ਇੱਕ ਮਾਤਾ ਦੀ ਵੀਡੀਓ ਸਾਂਝੀ ਕੀਤੀ ਹੈ ਇਹ ਬਜ਼ੁਰਗ ਮਾਤਾ ਜਲੰਧਰ ਦੇ ਫਗਵਾੜਾ ਗੇਟ ਦੇ ਵਿੱਚ ਰਾਤ ਦੇ 11 ਵਜੇ ਪਰੌਂਠੇ ਬਣਾਉਂਦੀ ਹੈ ਗਲੀ ਦੇ ਵਿੱਚ ਆ ਕੇ ਇਹ ਸਟੋਪ ਰੱਖ ਕੇ ਤੇ ਆਪਣੀ ਪ੍ਰਾਂਤ ਲੈ ਕੇ ਆਉਂਦੀ ਹੈ ਤੇ ਆਟਾ ਗੁੰਨ ਕੇ ਤੇ ਉੱਥੇ ਰਾਹਗੀਰਾਂ ਨੂੰ ਪਰੌਂਠੇ ਖਵਾਉਂਦੀ ਹੈ ਹੋ ਸਕਦਾ ਵੀ ਕਿਸੇ ਨੂੰ ਇਹ ਲੱਗੇ ਵੀ ਰਾਤ ਨੂੰ 11 ਵਜੇ ਪਰੌਂਠੇ ਕੌਣ ਖਾਣ ਆਉਂਦਾ ਦਰਅਸਲ ਅਖਬਾਰਾਂ ਵਾਲੇ ਜਾਂ ਆਪਾਂ ਕਹਿ ਲਈਏ ਵੀ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਕਾਮੇਜਨ ਦੀ ਰਾਤ ਦੀ ਸ਼ਿਫਟ ਹੁੰਦੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਰਾਤ ਨੂੰ ਵੀ ਆਉਂਦੇ ਜਾਂਦੇ ਰਹਿੰਦੇ ਸੜਕਾਂ ਦੇ ਉੱਤੇ ਤੇ ਇਸ ਬੇਬੇ ਦੇ ਪਰੌਂਠੇ ਖਾ ਕੇ ਉਹ ਨਿਹਾਲ ਹੁੰਦੇ ਆ ਇਸ ਬੇਬੇ ਦੀ ਵੀਡੀਓ ਜਿਹੜੀ ਸਾਂਝੀ ਕੀਤੀ ਦਿਲਜੀਤ ਦੁਆ ਸਾਂਝ ਨੇ ਉਸ ਤੋਂ ਬਾਅਦ ਬੜੀ ਵਾਇਰਲ ਹੋਈ ਆ ਇਸ ਬੇਬੇ ਦੀ ਕੰਮ ਦੀ ਗੱਲ ਕਿਉਂਕਿ ਇਹਨੂੰ ਐਮੀ ਵਰਕ ਨੇ ਵੀ ਜੈਜੀਬੀ ਨੇ ਵੀ ਤੇ ਕਈ ਹੋਰ ਨਾ ਨੇ ਵੀ ਸ਼ੇਅਰ ਕੀਤਾ ਸਾਂਝਾ ਕੀਤਾ ਹੈਗਾ ਇਸ ਵੀਡੀਓ ਦੇ ਵਿੱਚ ਇਹ ਮਾਤਾ ਜੀ ਕਹਿੰਦੇ ਆ ਕਿ ਜਦੋਂ ਹੁਣ ਧੀਆਂ ਪੁੱਤ ਜਿਹੜੇ ਉਹ ਕਹਿੰਦੇ ਵੀ ਕਮਾਓ ਤੇ ਜਦੋਂ ਪਤੀ ਦੇ ਵਸਿਰਤੇ ਨਾ ਹੋਵੇ ਤਾਂ ਫਿਰ ਕੰਮ ਤਾਂ ਕਰਨਾ ਹੀ ਆ ਪਰ ਇਸ ਮਾਤਾ ਜੀ ਦੇ ਜਿਹਦੇ ਬਿਲਕੁਲ ਸਾਰੇ ਵਾਲ ਚਿੱਟੇ ਆ ਪਰ ਜਿਹਦਾ ਜਜ਼ਬਾ ਬਿਲਕੁਲ ਜਵਾਨ ਆ ਉਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਰਾਤ ਨੂੰ ਕੀ ਹੁੰਦਾ ਰਾਤ ਦਾ ਮੈਨੂੰ ਕੋਈ ਡਰ ਨਹੀਂ ਮੈਂ ਆਪਦੀ ਕਿਰਤ ਕਰਦੀ ਆ ਰਾਤ ਨੂੰ ਕਿਰਤ ਕਰਾਂ ਜਾਂ ਦਿਨ ਦੇ ਵੇਲੇ ਕਿਰਤ ਕਰਾਂ ਮੈਂ ਆਪਦੀ ਪੂਰੀ ਨਿਠ ਕੇ ਮਿਹਨਤ ਕਰਦੀ ਆ ਤੇ ਆਪਦੇ ਪਰਿਵਾਰ ਦਾ ਤੋਰੀ ਫੁਲਕਾ ਚਲਾਉਣੀ ਆ ਮਸ਼ਹੂਰ ਦੁਕਾਨਾ ਗਾਇਕ surjit bhullar ਨੂੰ ਪਿਛਲੇ ਦਿਨੀ ਬਹੁਤ ਵੱਡਾ ਸਦਮਾ ਲੱਗਾ ਵੱਡੇ ਭਰਾ ਦਾ ਦਿਹਾਂਤ ਹੋਇਆ ਬਖਸ਼ੀਸ਼ ਸਿੰਘ ਭੁੱਲਰ ਜਿਹੜੇ ਕਿ ਸਬ ਇੰਸਪੈਕਟਰ ਹੈ ਉਹਨਾਂ ਦੀ ਮੌਤ ਸੜਕ ਹਾਰਸੇ ਦੇ ਵਿੱਚ ਹੋਈ ਹੈ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਕਿ ਜਦੋਂ ਆਪਣੀਆਂ ਬਾਹਾਂ ਭਜਦੀਆਂ ਜਦੋਂ ਨਾਲ ਜੰਮਿਆ ਭਰਾ ਇਕੋ ਮਾਰੇ ਜਾਏ ਜਦੋਂ ਅਡ ਹੋ ਜਾਂਦੇ ਆ ਉਦੋਂ ਸਬੰਧਤ ਵਿਅਕਤੀ ਦੇ ਮਨ ਦੇ ਉੱਤੇ ਕਿੰਨੀ ਵੱਡੀ ਸੱਟ ਵੱਜਦੀ ਹੋਊਗੀ ਇਹ ਸ਼ਬਦਾਂ ਰਾਹੀਂ ਬਿਆਨ ਕਰਨੀ ਔਖੀ ਹੈ ਸੁਰਜੀਤ ਪੁੱਲਰ ਦਾ ਪੰਜਾਬੀ ਗਾਇਕੀ ਦੇ ਵਿੱਚ ਚੰਗਾ ਨਾਮ ਆਪਾਂ ਸਾਰੇ ਜਾਣਦੇ ਆ ਪਰ ਜਿਸ ਤਰੀਕੇ ਦੇ ਨਾਲ ਉਹਦੇ ਮੰਦੇ ਉੱਤੇ 6:00 ਵਜੇ ਆ ਵੱਡੇ ਭਰਾ ਦਾ ਦੇਹਾਂਤ ਹੋਇਆ ਤੇ ਇਹ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਤੇ ਪੰਜਾਬੀ ਸੰਗੀਤ ਜਗਤ ਦੇ ਵੱਲੋਂ ਸੁਰਜੀਤ ਪੁੱਲਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਅਚਾਨਕ ਜਿਸ ਤਰੀਕੇ ਨਾਲ ਟੱਬਰ ਦੇ ਉੱਤੇ ਵਿਪਤਾ ਆਣ ਪਈ ਆ ਸੜਕ ਹਾਰਸੇ ਦੇ ਕਰਕੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਸੋਗ ਪਸਰ ਗਿਆ ਉਸ ਤੋਂ ਬਾਅਦ ਘਰ ਦੇ ਵਿੱਚ ਸੱਥਰ ਵਿਛ ਗਿਆ ਤੇ ਆਪਾਂ ਜਾਣਦੇ ਆ ਕਿ ਪੰਜਾਬ ਦੀਆਂ ਤੇ ਸਮੁੱਚੇ ਭਾਰਤ ਦੀਆਂ ਸੜਕਾਂ ਬੰਦੇ ਖਾਣੀਆਂ ਬਣ ਚੁੱਕੀਆਂ ਆ ਪਾਵੇਂ ਕੋਈ ਗਰੀਬ ਆ ਤੇ ਪਾਵੇਂ ਕੋਈ ਅਮੀਰ ਆ ਪਾਵੇਂ ਕੋਈ ਕਿਸੇ ਵੀ ਆਰਥਿਕ ਦਰਜੇ ਦੇ ਵਿੱਚ ਬੰਦਾ ਜਦੋਂ ਇਹ ਸੜਕਾਂ ਮਾੜੀਆਂ ਜਦੋਂ ਸਾਡੇ ਪ੍ਰਬੰਧ ਮਾੜੇ ਆ ਜਾਂ ਜਦੋਂ ਹੋਰ ਵੀ ਕਈ ਕਾਰਨ ਨਾਲ ਜੁੜ ਜਾਂਦੇ ਆ ਤਾਂ ਉਸ ਵਕਤ ਇਹੋ ਜਿਹੇ ਦਿਲ ਹਲੂਣਵੀਆਂ ਘਟਨਾਵਾਂ ਵਾਪਰਦੀਆਂ ਤਾਂ ਬਹੁਤ ਕੁਝ ਚੇਤੇ ਦੇ ਵਿੱਚ ਆਉਣ ਲੱਗਦਾ ਤੇ ਜਾਂਦੇ ਜਾਂਦੇ ਜੇਕਰ ਦੋਸਤੋ ਅਸੀਂ ਗੱਲ ਕਰ ਗਏ ਪੰਜਾਬੀ ਸੰਗੀਤ ਜਗਤ ਨੂੰ ਮਿਲ ਰਹੇ ਹੁਲਾਰੇ ਦੀ ਹੁਣ ਜਦੋਂ ਭਾਰਤ ਦੇ ਵਿੱਚ ਤਾਲਾਬੰਦੀ ਲਗਭਗ ਮੁਕੰਮਲ ਹੋ ਚੁੱਕੀ ਆ ਖਤਮ ਹੋ ਚੁੱਕੀ ਕਹਿਣ ਦਾ ਭਾਵ ਪੰਜਾਬ ਦੇ ਵਿੱਚ ਵੀ ਹੁਣ ਕਰੋਨਾ ਦਾ ਡਰ ਆ ਜਿਹੜਾ ਉਹ ਖਤਮ ਹੋ ਚੁੱਕਿਆ ਭਾਵੇਂ ਕਿ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਕਿ ਪੰਜਾਬ 'ਚ ਦੂਜੀ ਲਹਿਰ ਆ ਸਕਦੀ ਆ ਪਰ ਕਰੋਨਾ ਗਿਆ ਕੇ ਗਿਆ ਤੁਸੀਂ ਜਿੱਦਦਰ ਮਰਜ਼ੀ ਚ ਆਤਮਾਰ ਮਾਰ ਲਓ ਭਾ ਚ ਦੇਖ ਲੋ ਬਸ ਅੱਡੇ ਤੇ ਦੇਖ ਲੋ ਬਾਜ਼ਾਰ ਚ ਦੇਖ ਲੋ ਮੌਲ ਚ ਦੇਖ ਲੋ ਕਿਸੇ ਹੋਰ ਥਾਂ ਤੇ ਚਲੇ ਜਾਓ ਧਾਰਮਿਕ ਥਾਂ ਤੇ ਚਲੇ ਜਾਓ ਲੋਕ ਆ ਜਿਹੜੇ ਪਹਿਲਾਂ ਮੰਗੀ ਜਿਵੇਂ ਫਰਵਰੀ ਮਹੀਨੇ ਦੇ ਵਿੱਚ ਜਾਂ ਮਾਰਚ ਦੇ ਸ਼ੁਰੂ ਦੇ ਵਿੱਚ ਪੀੜਾਂ ਦੇ ਰੂਪ ਚ ਹੁੰਦੇ ਸੀ ਉਵੇਂ ਹੀ ਹੋਣਾ ਕਲਾਕਾਰਾਂ ਨੂੰ ਇਸ ਮੌਕੇ ਦਾ ਇੰਤਜ਼ਾਰ ਸੀ ਹੁਣ ਕਲਾਕਾਰਾਂ ਦੇ ਪ੍ਰੋਗਰਾਮ ਫਿਰ ਬੁੱਕ ਹੋਣ ਲੱਗ ਪਏ ਆ 8 ਮਹੀਨੇ ਕਲਾਕਾਰਾਂ ਨੂੰ ਕੋਈ ਪ੍ਰੋਗਰਾਮ ਨਹੀਂ ਮਿਲਿਆ ਪੰਜਾਬ ਦੇ ਕਈ ਕਲਾਕਾਰਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਇਸ ਦਿਨ ਦੀ ਸਾਨੂੰ ਉਡੀਕ ਸੀ ਤੇ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਹੁਣ ਲੋਕਾਂ ਨੇ ਫੇਰ ਪਹਿਲਾਂ ਵਾਂਗੂ ਵਿਆਹਾਂ ਦੇ ਵਿੱਚ ਇਕੱਠ ਕਰਨਾ ਸ਼ੁਰੂ ਕਰਤਾ ਤੇ ਸਾਨੂੰ ਪ੍ਰੋਗਰਾਮ ਬੁੱਕ ਹੋਣ ਲੱਗ ਪਏ ਆ ਭਾਵੇਂ ਕਿ ਘੱਟ ਸਹੀ ਪਰ ਉਹਨਾਂ ਨੂੰ ਆਸ ਹੈ ਵੀ ਰਫ਼ਤਾਰ ਹੌਲੀ-ਹੌਲੀ ਵਧੂਗੀ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫ਼ਤੇ ਮਨੋਰੰਜਕ ਦੁਨੀਆ ਦੇ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ-ਬਹੁਤ ਮਿਹਰਬਾਨੀ